ਸਸਕਾ ਜੀ, ਮੈਂ ਜੱਸੀ ਸੁਹੀਆਂ ਵਾਲਾ, ਆਗੂ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਨਾਭਾ ਅਤੇ ਜੁਆਇੰਟ ਸੈਕਟਰੀ ਐਸੀ ਵਿੰਗ ਪੰਜਾਬ। ਆਪ ਸਭ ਨੂੰ ਰੋਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਤਿਉਹਾਰ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਆਪ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਪਰਿਵਾਰਾਂ ਦੇ ਵੀ ਸੁੱਖ ਸ਼ਾਂਤੀ ਰੱਖੇ, ਨਗਰ ਅਖੇੜੇ ਦੇ ਵੀ ਸੁੱਖ ਸ਼ਾਂਤੀ ਰੱਖੇ ਅਤੇ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਵਾਹੇ ਵਾਹਿਗੁਰੂ। ਜਿਹੜੇ ਕਿਸਾਨ ਭਰਾ ਸਾਡੇ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਆਪਣੇ ਸੰਘਰਸ਼ ਲੜ ਰਹੇ ਨੇ, ਉਹਨਾਂ ਨੂੰ ਜਿੱਤ ਲੈ ਕੇ ਜਲਦ ਹੀ ਘਰਾਂ ਨੂੰ ਵਾਪਸ ਆਉਣ ਤਾਂ ਜੋ ਕਾਲੇ ਕਾਨੂੰਨ ਜਿਹੜੇ ਮੋਦੀ ਸਰਕਾਰ ਨੇ ਬਣਾਏ ਨੇ ਉਹ ਰੱਦ ਹੋ ਸਕਣ ਅਤੇ ਜਿਹੜੇ ਕਿਸਾਨ ਨੇ ਉਹ ਚਾਈ ਚਾਈ ਆਪਣੀ ਜਿੱਤ ਲੈ ਕੇ ਘਰਾਂ ਨੂੰ ਆਉਣ। ਅਤੇ ਨਾਲ ਹੀ ਅਰਦਾਸ ਹੈ ਅਤੇ ਬੇਨਤੀ ਵੀ ਹੈ ਨਾਲ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ, ਸਮੁੱਚੇ ਦੇਸ਼ ਵਾਸੀਆਂ ਨੂੰ ਕਿ ਜਿਹੜੀ ਮੋਦੀ ਸਰਕਾਰ ਆ ਆਪਾਂ ਇਹਨੂੰ ਚੱਲਦਾ ਕਰਨਾ, ਕਿਉਂਕਿ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਅੱਜ ਅੰਤਾਂ ਦੀ ਮਹਿੰਗਾਈ ਹੋ ਚੁੱਕੀ ਆ ਅਤੇ ਅੱਜ ਮੋਦੀ ਸਰਕਾਰ ਦਾ ਰਾਜ ਨਹੀਂ, ਇਹ ਆਪਣਾ ਜਿਹੜਾ ਸ਼ਾਸਨ ਆ ਜਿਹੜਾ ਇਹਨੂੰ ਅਵਾਨੀ ਅਡਾਨੀ ਚਲਾ ਰਹੇ ਨੇ। ਇਹ ਜਿਹੜਾ ਦੇਸ਼ ਲਈ ਆਉਣਾ ਇਸ ਸਮੇਂ ਦੇ ਵਿੱਚ ਬਹੁਤ ਖਤਰਨਾਕ ਸਿੱਧ ਹੋਣਾ ਅਤੇ ਮੇਰੀ ਫਿਰ ਬੇਨਤੀ ਆ ਕਿ ਆਓ ਆਪਾਂ ਰਲ ਕੇ ਇਹ ਦੀਵਾਲੀ ਦੇ ਤਿਉਹਾਰ 'ਤੇ, ਆਪਣੇ ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਤਿਉਹਾਰ 'ਤੇ ਪ੍ਰਣ ਕਰੀਏ ਕਿ ਆਪਾਂ ਇੱਕ ਚੰਗੇ ਲੋਕਾਂ ਦੀ ਸਰਕਾਰ ਲੈ ਕੇ ਆਈਏ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।